ਲਾਈ ਬੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਾਰੇ ਚਾਹਣ ਵਾਲਿਆਂ ਨੂੰ ਸਮਰਥਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਬਿਲਕੁਲ ਠੀਕ ਹਾਂ ਕਿਸੇ ਕਿਸਮ ਦੀ ਫਿਕਰ ਕਰਨ ਦੀ ਲੋੜ ਨਹੀਂ ਕਰਨੀ ਆਹ ਦੇਖੋ ਨਿਊਯਾਰਕ ਦੀ ਸਾਰੀ ਕਮੇਟੀ ਮੱਖਣ ਸ਼ਾਹ ਲਵਾਣਾ ਔਰ ਹੋਰ ਪਤਵੰਤੇ ਸੱਜਣ ਜਿਹੜੇ ਮੋਹਤਬਰ ਸੱਜਣ ਨੇ ਅੱਧੀ ਰਾਤੀ ਇਸ ਵੇਲੇ 12:30 ਰਾਤ ਦੇ ਵੱਜੇ ਨੇ ਇਹ ਸਾਰੇ ਆ ਕੇ ਅਸੀਂ ਉਸੇ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਉਹ ਜਿਹੜੇ ਗਿੱਦੜ ਭੱਕੀਆਂ ਦੇਣ ਵਾਲੇ ਸੀ ਨਸ਼ੇ 'ਚ ਆਏ ਸੀਗੇ ਇੱਥੋਂ ਦੁੜਕੀ ਲਾਉਣ ਲੱਗਿਆ ਉਹਨਾਂ ਨੇ ਮੈਂਟਰੀ ਲਾਇਆ ਮੈਂ ਚਾਹਾਂਗਾ ਤੁਸੀਂ ਆਪਣੀ ਆਪਣੀ ਗੱਲ ਜਿਹੜੀ ਕਹਿਣੀ ਆ ਕਹੋ ਜੀ ਨਾਂ ਦੱਸੋ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਘਵੀਰ ਸਿੰਘ ਬੱਬੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਗੁਰਪਿਆਰੀ ਸਾਹਿਬ ਸਿੰਘ ਜੀ ਕੱਲ੍ਹ ਜੋ ਹੋਇਆ ਇਹਨਾਂ ਨੇ ਜੋ ਫੇਸਬੁੱਕਾਂ 'ਤੇ ਵਟਸਐਪ 'ਤੇ ਪਾਇਆ ਟੋਟਲੀ ਝੂਠ ਇਹ ਪੰਜ ਬੰਦੇ ਸਨ ਪਹਿਲਾ ਬੰਦਾ ਜਿਹੜਾ ਮੂਰਖ ਮੈਂ ਤਾਂ ਕਹਾਂਗਾ ਹਿੰਮਤ ਸਿੰਘ ਦੂਸਰਾ ਬਲਾਕਾ ਸਿੰਘ ਤੀਸਰਾ ਕਲਾਰ ਰਾਣਾ ਇੱਕ ਮੁੰਡਾ ਹੈ ਇਹ ਪੰਜ ਚਾਰ ਜਣੇ ਸਨ ਇੱਕ ਬਲਜਿੰਦਰ ਸਿੰਘ ਜੇ ਤੁਹਾਡੇ ਮਾਂ ਦਾ ਦੁੱਧ ਤੁਸੀਂ ਪੀਤਾ ਹੈ ਸਾਰਿਆਂ ਨੂੰ ਦੱਸ ਕੇ ਟਾਈਮ ਦੱਸੋ ਜਗ੍ਹਾ ਦੱਸੋ ਫਿਰ ਤੁਹਾਨੂੰ ਮਿਲਦੇ ਹਾਂ ਅਤੇ ਫਿਰ ਤੁਸੀਂ ਕਿਸੇ ਮਹਿਮਾਨ 'ਤੇ ਇਸ ਤਰ੍ਹਾਂ ਹਮਲਾ ਕਰਨਾ 6 ਸ਼ਰਾਬੀ ਬੰਦੇ ਭੇਜ ਕੇ ਤੁਸੀਂ ਇਹ ਕੀਤਾ ਹੈ ਇਹ ਸ਼ਰਮਨਾਕ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕੋਈ ਤੁਸੀਂ ਕੋਈ 2020 ਫਰੀਡਮ ਜਿਹੜਾ ਤੁਸੀਂ ਕਰਾਉਂਦੇ ਹੋਵੇ ਕੋਈ ਹੱਕਦਾਰ ਨਹੀਂ ਤੁਸੀਂ ਟੋਟਲ ਅਸਤੀਫਾ ਦੇਣਾ ਚਾਹੀਦਾ ਤੈਨੂੰ ਹਿੰਮਤ ਸਿੰਘ ਸਰਪੰਚ ਜੋ ਤੂੰ ਸਿੱਖਾਂ 'ਤੇ ਕਰ ਰਿਹਾ ਇਹ ਟੋਟਲੀ ਹਿੰਮਤ ਸਿੰਘ ਜੋ ਫਲੈਸ਼ਿੰਗ ਵਾਲਾ ਹੈ ਪ੍ਰਧਾਨ ਬਣਿਆ ਫਿਰਨਾ ਤੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਤੂੰ ਕੰਮ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਘਵੀਰ ਸਿੰਘ ਸੁਭਾਨਪੁਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨਿਊਯਾਰਕ ਜੋ ਅੱਜ ਘਨੌਣੀ ਘਟਨਾ ਵਾਪਰੀ ਹੈ ਇਹ ਬਹੁਤ ਹੀ ਨਿੰਦਰਯੋਗ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਾਹਿਬ ਉਹਨਾਂ ਨੇ ਜੋ ਆਪਣੀ ਸਟੋਰੀ ਪਰਸਨਲ ਉਹਨਾਂ ਦੇ ਪਰਿਵਾਰ ਜੀ ਜੋ ਦੇਣ ਸਿੱਖ ਧਰਮ ਵਾਸਤੇ ਸਿੱਖ ਕੌਮ ਵਾਸਤੇ ਉਹਦੇ ਬਾਰੇ ਚਾਨਣਾ ਪਾਇਆ ਅਤੇ ਸਿੱਖ ਕੌਮ ਵਾਸਤੇ ਜੋ ਜੋ ਉਹਨਾਂ ਨੇ ਸੱਚ ਦੀ ਦੀਵਾਰ ਜਾਂ ਹੋਰ ਦਿੱਲੀ ਦੇ ਵਿੱਚ ਉਸ ਜਗ੍ਹਾ 'ਤੇ ਜਿੱਥੇ ਹਜ਼ਾਰਾਂ ਹੀ ਲੋਕ ਕਤਲ ਕੀਤੇ ਸੀ ਅਤੇ ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਸੁੱਟੇ ਹਨ ਉੱਥੇ ਮੁਕਾਬਲਾ ਕਰਦੇ ਨੇ ਸਿੱਖ ਕੌਮ ਦੀ ਗੱਲ ਕਰਦੇ ਹਨ ਉਹਨਾਂ ਦੀ ਬਾਂਹ ਫੜਨ ਦੀ ਉਹਨਾਂ ਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇਹ 4-5 ਬੰਦੇ ਕੱਲ੍ਹ ਵੀ ਆਏ ਸਨ ਅੱਜ ਇਹਨਾਂ ਨੇ ਸ਼ਰਾਬ ਪਿਆ ਕੇ ਮੁੰਡੇ ਭੇਜੇ ਅਤੇ ਇਹਨਾਂ ਨੇ ਇਹਨਾਂ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਅਤਿ ਨਿੰਦਣਯੋਗ ਹੈ ਜੋ ਸਿੱਖ ਕੌਮ ਦੇ ਕੰਮ ਕਰਦੇ ਹਨ ਉਹਨਾਂ ਦੇ ਗੱਲ ਪੈਂਦੇ ਹਨ ਇਹ ਸਰਕਾਰਾਂ ਦੇ ਏਜੰਟ ਹਨ ਅਤੇ ਇਹ ਪੈਸੇ ਲੈਂਦੇ ਹਨ ਅਤੇ ਖਰਾਬੀ ਕਰਦੇ ਹਨ ਜੋ ਦਸਤਾਰ ਵਾਸਤੇ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਲੜਦੇ ਹਾਂ ਇਹ ਉਸ ਨੂੰ ਇੱਥੇ ਲਾ ਕੇ ਆਪੇ ਹੀ ਨਾਲੇ ਕਹਿੰਦੇ ਅਸੀਂ ਸਿੱਖ ਹਾਂ ਅਤੇ ਮੁੰਦਰਾ ਪਾ ਕੇ ਮੁੰਡੇ ਸ਼ਰਾਬ ਪਿਆ ਕੇ ਘਰ ਉਹਨਾਂ ਭੇਜੇ ਸਤਿਕਾਰਯੋਗ ਬੰਦੇ ਦੇ ਗੱਲ ਪਾਉਣ ਲਈ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਾਨੂੰ ਸਾਰਿਆਂ ਨੂੰ ਵਿਦੇਸ਼ੀ ਜਿੰਨੇ ਸਿੱਖ ਹਾਂ ਇਹੋ ਜਿਹੇ ਬੰਦਿਆਂ ਦੀ ਰੱਜ ਕੇ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਇਹਨਾਂ ਦਾ ਸੋਸ਼ਲ ਬਾਈਕਾਟ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਸਿੰਘ ਜੀ ਜਿਵੇਂ ਤੁਸੀਂ ਅੱਜ ਵੇਖਿਆ ਕਿ ਜੋ ਵੀ ਅੱਜ ਹੋਇਆ ਜਸ ਪੰਜਾਬੀ 'ਤੇ ਉਹ ਠੀਕ ਨਹੀਂ ਹੋਇਆ ਇਹ ਚੰਗੀ ਗੱਲ ਨਹੀਂ ਜਿਵੇਂ ਕੱਲ੍ਹ ਵੀ ਇਹਨਾਂ ਨੇ ਸੰਗਤ ਦੇ 'ਚ ਇਹਦਾ ਖਰਲ ਪਾਇਆ ਔਰ ਅੱਜ ਬੰਦੇ ਭੇਜ ਕੇ ਪ੍ਰਧਾਨ ਜੀ ਕੇ ਜਿਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਔਰ ਉਹ ਫਿਰ ਵੀ ਕਾਮਯਾਬ ਨਹੀਂ ਹੋ ਸਕੇ ਅਤੇ ਅਸੀਂ ਉਹਨਾਂ ਨੂੰ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ ਔਰ ਇਹਨਾਂ ਨੂੰ ਅੱਗੇ ਵਾਸਤੇ ਚੇਤਾਵਨੀ ਵੀ ਦਿੰਦੇ ਹਾਂ ਦੁਬਾਰਾ ਇਹਨਾਂ ਦੇ ਕੋਈ ਕੰਮ ਨਾ ਕਰਿਓ ਜੇ ਕਿਧਰੇ ਤੁਹਾਨੂੰ ਫਿਰ ਭੁਗਤਣਾ ਨਾ ਪੈ ਜਾਵੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਇਹਨਾਂ ਤੋਂ ਚੁਕੰਨੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ